18 ਤੋਂ ਲੈ ਕੇ 23 ਤੱਕ ਹੜਤਾਲ ਤੇ ਜਾ ਰਹੇ ਹਾਂ। ਇਸ ਦਿਨ ਕੋਈ ਵੀ ਸਾਡੇ ਦਫ਼ਤਰੀ ਜਾਂ ਰਿਸ਼ਤੇਦਾਰ ਜਾਂ ਕੋਈ ਵੀ ਮੈਰਿਜ ਸੈਕਟਰੀ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਵੇਗਾ। ਸੂਬਾ ਪੱਧਰੀ ਬਾਡੀ ਵੱਲੋਂ ਇੱਕ 18 ਤੋਂ 23 ਤੱਕ ਦੀ ਜਿਹੜੀ ਹੈਗੀ ਹੈ ਸਟ੍ਰਾਈਕ ਦੀ ਕਾਲ ਦਿੱਤੀ ਗਈ ਹੈ। ਸੋ ਬੇਸਿਕਲੀ ਇਹਨਾਂ ਨੇ ਸਰਕਾਰ ਨਾਲ ਕੁਝ ਮੰਗਾਂ ਨੇ। ਸਾਡੀ ਮਜ਼ਬੂਤ ਵੀ ਸਾਡੀ ਜਦ ਤੱਕ ਸਰਕਾਰ ਸੁਣਦੀ ਨਹੀਂ ਅਸੀਂ ਨਹੀਂ ਕੀ ਸਾਨੂੰ ਇਹ ਹੁਣ ਇਸ ਕੰਮ ਚੱਕਣਾ ਪੈਂਦਾ। ਕਿੰਨੇ ਦਿਨ ਦੇ ਲਈ ਹੜਤਾਲ ਦੇ? ਪਹਿਲੇ ਤਾਂ ਆਪਣਾ ਨਾਮ ਦੱਸ ਕੇ ਔਰ ਜਥੇਬੰਦੀ ਦੇ ਆਗੂ ਦੀ ਡੈਗਨੇਸ਼ਨ ਦੱਸ ਕੇ ਤੇ ਆਪਣਾ ਬਰੀਫ ਕਰੋ, ਕਿੰਨੇ ਦਿਨ ਦੇ ਹੜਤਾਲ ਤੇ? ਮੈਂ ਵਿਕਾਸ ਕੁਮਾਰ, ਪ੍ਰਧਾਨ ਡੀਸੀ ਦਫ਼ਤਰ ਇੰਪਲਾਈ ਯੂਨੀਅਨ ਲੁਧਿਆਣਾ। ਅਸੀਂ ਜਿਹੜੀ ਸਾਡੀ ਸਟੇਟ ਬਾਡੀ ਦੀ ਜਿਹੜੀ ਮੀਟਿੰਗ ਸੀ ਕੱਲ੍ਹ, ਸੀ ਐਮ ਸਾਹਿਬ ਦਾ ਜਿਹੜਾ ਉਹਨੂੰ ਸਮਾਂ ਦਿੱਤਾ ਸੀਗਾ, ਉਹ ਸਵੇਰ ਤੋਂ ਸ਼ਾਮ ਤੱਕ ਜਿਹੜਾ ਸਮਾਂ ਨੂੰ ਬੋਲਿਆ ਗਿਆ ਅਤੇ ਸਾਨੂੰ ਜਿਹੜੀ ਸਾਡੀ ਪੁਸ਼ਕਸ਼ ਗੱਲ ਨਹੀਂ ਕੀਤੀ ਗਈ। ਸਾਡੇ ਜਿਹੜੇ ਸਟੇਟ ਪ੍ਰਧਾਨ ਦੀ ਕਾਲ 'ਤੇ ਅੱਜ ਅਸੀਂ 18 ਤੋਂ ਲੈ ਕੇ 23 ਤੱਕ ਸਮੂਹਿਕ ਛੁੱਟੀ 'ਤੇ ਜਾ ਰਹੇ ਹਾਂ, ਹੜਤਾਲ 'ਤੇ ਜਾ ਰਹੇ ਹਾਂ। ਇਸ ਦਿਨ ਕੋਈ ਵੀ ਸਾਡੇ ਦਫ਼ਤਰੀ ਜਾਂ ਰਿਸ਼ਤੇਦਾਰ ਜਾਂ ਕੋਈ ਵੀ ਮੈਰਿਜ ਸੈਕਟਰੀ ਜਾਂ ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ ਹੋਵੇਗਾ। 23 ਦੀ ਸਾਡੀ ਦੁਬਾਰਾ ਮੀਟਿੰਗ ਹੈ, ਜੋ ਮੀਟਿੰਗ ਨੂੰ ਸਾਡੀ ਸਟੇਟ ਵਾਲੀ ਫੈਸਲਾ ਲੈਣੀ ਸੀ ਉਹਦੀ ਅਸੀਂ ਪਾਲਣਾ ਕਰਾਂਗੇ। ਜੇ ਉਹ ਕੋਈ ਤਾਲੇ ਲਾਓ ਅਸੀਂ ਤਾਲੇ ਲਾ ਕੇ ਜਿਹੜਾ ਹੈ ਚੰਡੀਗੜ੍ਹ ਨੂੰ ਪਹੁੰਚ ਕਰਾਂਗੇ। ਬਾਕੀ ਜੋ ਵੀ ਹੋਇਆ ਉਹ ਤੇਜ਼ ਨੂੰ ਤੁਹਾਨੂੰ ਦੱਸ ਦਵਾਂਗੇ। ਅੱਛਾ, ਮੈਨੂੰ ਪਹਿਲੇ ਮੰਗਾਂ ਗਿਣਾਉਣਾ, ਮੰਗਾਂ ਕਿਹੜੀਆਂ ਨੇ, ਤੁਸੀਂ ਕਿਹੜੀਆਂ ਮੰਗਾਂ ਨੂੰ ਲੈ ਕੇ? ਮੇਨ ਹੈ ਕਿ ਸੁਪਰੀਮ ਕੋਰਟ ਦੀ ਪ੍ਰਮੋਸ਼ਨ ਦੀ ਹੈ ਜੀ। ਸਾਡੇ ਜਿਹੜੇ ਬਰਨਾਲੇ ਦੇ ਜਿਹੜੇ ਬਠਿੰਡੇ ਕੱਚੇ ਮੁਲਾਜ਼ਮ ਲੱਗੇ ਆ ਉਹਨਾਂ ਨੂੰ ਪੱਕਾ ਕਰਾਂ ਦਾ ਜੀ। ਸਾਡੇ ਡੀਏ ਕਿਸਤਾ ਹੈ ਜੀ, ਸਾਡਾ ਜਿਹੜਾ ਹੈਗਾ ਆਪਣਾ ਪੇ ਕਮਿਸ਼ਨ ਦਾ ਜਿਹੜਾ ਹੈਗਾ ਉਹ ਉਹਦੇ ਵਾਸਤੇ ਹੈ ਜੀ। ਅਤੇ ਜਿਹੜੀ ਸਾਡੀ ਬ੍ਰਾਂਚਾਂ ਮਰਜ ਕੀਤੀਆਂ ਗਈਆਂ ਸੀਗੀਆਂ ਉਹ ਬ੍ਰਾਂਚਾਂ ਦੁਆਰਾ ਬਹਾਲ ਕਰਨ ਸੰਬੰਧੀ। ਅੱਛਾ, ਤੁਹਾਨੂੰ ਲੱਗਦਾ ਨਹੀਂ ਕਿ ਲੋਕਾਂ ਨੂੰ ਪਰੇਸ਼ਾਨ ਹੋਣਾ ਪਊਗਾ? ਲੋਕਾਂ ਤੋਂ ਦੇਖੋ ਜੀ, ਪਰੇਸ਼ਾਨੀ ਆਉਂਦੀ ਹੈ ਕਿਉਂਕਿ ਸਾਨੂੰ ਵੀ ਪਤਾ ਲੋਕਾਂ ਨੂੰ ਸਵੇਰੇ ਉੱਠ ਕੇ ਅਗਲੇ ਨੇ ਆਉਣਾ, ਸਾਡਾ ਕੰਮ ਜਿਹੜਾ ਕੰਮ ਪਿੱਛੇ ਮੁੜ ਕੇ ਉਹਨਾਂ ਨੇ ਤਾਂ ਉਦੋਂ ਸਟ੍ਰਾਈਕ ਚੱਲ ਰਹੀ ਹੈ। ਪਰ ਹੁਣ ਸਾਡੀ ਵੀ ਮਜ਼ਬੂਰੀ ਹੈ, ਸਾਡੀ ਜਦ ਤੱਕ ਸਰਕਾਰ ਸੁਣਦੀ ਨਹੀਂ ਅਸੀਂ ਵੀ ਸਾਨੂੰ ਇਹ ਹੁਣ ਇਸ ਕੰਮ ਚੱਕਣਾ ਪੈਂਦਾ। ਜੋ ਸਾਡੇ ਕੋਲ ਇੰਟੀਮੇਸ਼ਨ ਹੈ ਜ਼ਿਲ੍ਹਾ ਪ੍ਰਧਾਨ ਡੀਸੀ ਆਫਿਸ ਇੰਪਲਾਈਜ਼ ਐਸੋਸੀਏਸ਼ਨ ਵੱਲੋਂ, ਉਹਨਾਂ ਵੱਲੋਂ ਜਿਹੜੀ ਉਹਨਾਂ ਦੀ ਸੂਬਾ ਪੱਧਰੀ ਬਾਡੀ ਵੱਲੋਂ ਇੱਕ 18 ਤੋਂ 23 ਤੱਕ ਦੀ ਜਿਹੜੀ ਹੈਗੀ ਹੈ ਸਟ੍ਰਾਈਕ ਦੀ ਕਾਲ ਦਿੱਤੀ ਗਈ ਹੈ। ਸੋ ਬੇਸਿਕਲੀ ਇਹਨਾਂ ਨੇ ਸਰਕਾਰ ਨਾਲ ਕੁਛ ਮੰਗਾਂ ਨੇ। ਸੋ ਉਹ ਮੰਗਾਂ ਜਿਹੜੀਆਂ ਪ੍ਰਤੀਕ ਮੀਟਿੰਗ ਮਾਨਯੋਗ ਸੀ ਐਮ ਸਾਹਿਬ ਕੋਲ ਟਾਈਮ ਮੰਗਿਆ ਸੀ, ਜੋ ਇਹਨਾਂ ਦੇ ਕਹਿਣ ਮੁਤਾਬਕ ਇਹ ਹੈਗਾ ਕਿ ਉਹ ਅਜੇ ਜਿਹੜੀ ਮੀਟਿੰਗ ਨਹੀਂ ਹੋਈ ਹੈ, ਇਸ ਕਰਕੇ ਇਹਨਾਂ ਨੇ ਹੜਤਾਲ 'ਤੇ ਜਾਣ ਦਾ ਫੈਸਲਾ ਕੀਤਾ। ਕੋਈ ਆਮ ਲੋਕਾਂ ਨੂੰ ਜਿਵੇਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ, ਕੁਛ ਸਮਾਂ ਪਹਿਲਾਂ PCS ਲੋਬੀ ਜਿਹੜੀ ਉਹ ਸਟ੍ਰਾਈਕ 'ਤੇ ਚਲੀ ਗਈ ਸੀ, ਅੱਜ ਵੀ ਪਿੰਡਾਂ ਸਟ੍ਰਾਈਕ ਹੈ, ਆਮ ਲੋਕ ਜਿਨ੍ਹਾਂ ਨੂੰ 7.5 ਦਾ ਸਮਾਂ ਦਿੱਤਾ ਗਿਆ ਉਹ ਕਿਤੇ ਨਾ ਕਿਤੇ ਪਰੇਸ਼ਾਨ ਹੀ ਹੁੰਦੇ ਹੋਣਗੇ ਇਸ ਨੂੰ? ਅਸੀਂ ਬਕਾਇਦਾ ਸਾਡੇ ਜਿਹੜੇ ਆਫੀਸਰਸ ਨੇ ਉਹ ਸਾਰੇ ਅਵੇਲੇਬਲ ਨੇ, 7.5 ਅਵੇਲੇਬਲ ਨੇ। ਅਸੀਂ ਜਿਹੜਾ ਲੋਕਾਂ ਦੀਆਂ ਸ਼ਿਕਾਇਤਾਂ ਜਿਹੜੀਆਂ ਉਹਨਾਂ ਦਾ ਨਿਪਟਾਰਾ ਕਰ ਰਹੇ ਹਾਂ, ਅਤੇ ਇਸ ਤੋਂ ਇਲਾਵਾ ਕੋਈ ਵੀ ਜੇਕਰ ਐਮਰਜੈਂਸੀ ਵੀ ਹੈ ਤਾਂ ਉਹਦੇ ਵਿੱਚ ਵੀ ਜਿਹੜਾ ਹੈਗਾ ਪਹਿਲ ਦੇ ਆਧਾਰ 'ਤੇ ਜਿਹੜਾ ਹੈਗਾ ਉਹਨਾਂ ਦਾ ਕੰਮ ਕੀਤਾ ਜਾਏਗਾ। ਅਤੇ ਤੁਸੀਂ ਕਿਵੇਂ ਦੇਖਦੇ ਹੋ ਵੀ ਜਿਹੜੀ ਸਟ੍ਰਾਈਕ ਹੈ, ਚਾਹੇ ਪਿੰਡ ਦਾ ਸਟ੍ਰਾਈਕ ਹੋਵੇ ਚਾਹੇ ਆਮ ਜਿਵੇਂ ਆਪਾਂ ਧਰਨਾ ਪ੍ਰਦਰਸ਼ਨ ਕਰ ਰਹੇ, ਕਿਤੇ ਨਾ ਕਿਤੇ ਜਾਇਜ਼ ਹੈ ਆਪਣੀਆਂ ਮੰਗਾਂ ਜਿਹੜੀਆਂ ਮਨਾਉਣ ਦਾ ਇਹ ਇੱਕ ਢੰਗ ਰਹਿ ਗਿਆ ਹੁਣ, ਫਿਰ ਚਾਹੇ ਉਹ ਆਮ ਲੋਕ ਹੋਣ, ਕਿਸਾਨ ਹੋਣ, ਚਾਹੇ ਫਿਰ ਸਰਕਾਰੀ ਮੁਲਾਜ਼ਮ ਹੋਣ? ਕੋਈ ਜਿਹੜੀ ਹੈਗੀ ਹੈ ਡੀਸੀ ਆਫਿਸ ਇੰਪਲਾਈਜ਼ ਵੱਲੋਂ ਜਿਹੜੀ ਕਾਲ ਕੀਤੀ ਗਈ ਹੈ ਅਤੇ ਇਹਦੇ ਬਾਰੇ ਉਹੀ ਇਹਦਾ ਜਵਾਬ ਦੇ ਸਕਦੇ ਨੇ ਕਿ ਜੋ ਉਹਨਾਂ ਨਾਲ ਸਰਕਾਰ ਦੀ ਮੰਗ ਹੈ। ਅਤੇ ਮੈਂ ਤਾਂ ਇਹੀ ਸਿੰਸੀਅਰਲੀ ਹੋਪ ਕਰਦਾ ਕਿ ਜਿਹੜਾ ਸਰਕਾਰ ਨੂੰ ਉਹਨਾਂ ਨੂੰ ਬੁਲਾ ਕੇ ਗੱਲ ਸੁਣਨੀ ਚਾਹੀਦੀ ਹੈ ਅਤੇ ਜੋ ਵੀ ਦਾ ਮਸਲੇ ਦਾ ਹੱਲ ਹੈ ਉਹ ਕੱਢਣਾ ਚਾਹੀਦਾ ਹੈ। ਸਾਡੀਆਂ ਦੇਖੋ ਜੀ, ਡੀਸੀ ਦਫ਼ਤਰ ਦੇ ਪੂਰੇ ਪੰਜਾਬ ਦੇ ਕਰਮਚਾਰੀ ਅੱਜ ਪੈਂਟ ਨੂੰ ਸਟ੍ਰਾਈਕ 'ਤੇ ਨੇ। ਸਾਡੀਆਂ ਆਪਣੀਆਂ ਡੀਸੀ ਦਫ਼ਤਰ ਦੀਆਂ ਮੰਗਾਂ ਨੇ, ਸਾਡੀਆਂ ਪ੍ਰਮੋਸ਼ਨਾਂ ਨੇ, ਜੂਨੀਅਰ ਅਸਿਸਟੈਂਟ ਤੋਂ ਸੀਨੀਅਰ ਅਸਿਸਟੈਂਟ, ਸੀਨੀਅਰ ਅਸਿਸਟੈਂਟ ਤੋਂ ਸੁਪਰਡੈਂਟ ਗ੍ਰੇਡ 2, ਸੁਪਰਡੈਂਟ ਗ੍ਰੇਡ 2 ਤੋਂ ਨੈਪਸੀਲਰ ਜਾਂ ਸੁਪਰਡੈਂਟ ਮਾਲ ਤੋਂ ਜਿਹੜਾ ਨੈਪਸੀਲਰ ਦੀਆਂ ਪ੍ਰਮੋਸ਼ਨਾਂ ਸਾਡੀਆਂ ਰੁਕੀਆਂ ਨੇ। ਇਹਦੇ ਸੰਬੰਧ ਵਿੱਚ ਸੂਬਾ ਬਾਡੀ ਵੱਲੋਂ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਸੀ ਜਲੰਧਰ ਵਿਖੇ। ਇਹ ਮੀਟਿੰਗ ਦਾ ਸੱਦਾ ਜਿਹੜਾ ਸਾਨੂੰ ਮਾਨਯੋਗ ਡਿਪਟੀ ਕਮਿਸ਼ਨਰ ਜਲੰਧਰ ਰਾਹੀਂ ਲਿਖਤੀ ਤੌਰ 'ਤੇ ਮਿਲਿਆ ਸੀ, ਪਰ ਸੂਬਾ ਬਾਡੀ ਨੂੰ ਕੱਲ੍ਹ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਸਾਹਿਬ ਨਹੀਂ ਮਿਲੇ, ਜਿਸ ਕਰਕੇ ਸੂਬਾ ਬਾਡੀ ਦਾ ਇਹ ਆਦੇਸ਼ ਹੋਇਆ ਕਿ ਡੀਸੀ ਦਫ਼ਤਰ ਦੇ ਜਿੰਨੇ ਕਰਮਚਾਰੀ ਨੇ ਉਹ ਮਿਤੀ 18 ਤੋਂ ਲੈ ਕੇ 23 ਤੱਕ ਮੁਕੰਮਲ ਤੌਰ 'ਤੇ ਕਰਮ ਛੋੜ ਹੜਤਾਲ 'ਤੇ ਰਹਿਣ। ਕੀ ਇਹਦੇ ਸੰਬੰਧ ਵਿੱਚ ਧਰਨਾ ਵਗੈਰਾ ਵੀ ਲਾਏ ਜਾਣਗੇ? ਨਹੀਂ, ਹਾਲ ਦੀ ਘੜੀ ਜੋ ਸਾਨੂੰ ਆਦੇਸ਼ ਹੋਇਆ ਜੀ ਉਹ ਕਿ ਆਪਾਂ ਆਪਣੀ ਸੀਟਾਂ 'ਤੇ ਬੈਠ ਕੇ ਆਪਣਾ ਕਲਮ ਛੋੜ ਹੜਤਾਲ ਕਰਨੀ ਹੈ। ਜਦੋਂ ਸਾਨੂੰ ਇਹ ਆਦੇਸ਼ ਹੋਏਗਾ ਸੂਬਾ ਬਾਡੀ ਵੱਲੋਂ ਕਿ ਮੁਜ਼ਾਹਰੇ ਵੀ ਕਰਨੇ, ਅਸੀਂ ਉਹ ਵੀ ਸ਼ੁਰੂ ਕਰਾਂਗੇ। ਕੀ ਲੋਕ ਜਿਹੜੇ ਆਉਣਗੇ ਉਹਨਾਂ ਦੇ ਕੰਮ ਨਹੀਂ ਹੋਣਗੇ 23 ਤਰੀਕ ਤੱਕ? ਹਾਂ, ਮੈਂ ਇੱਥੇ ਇਹ ਗੱਲ ਬੜੀ ਸਪਸ਼ਟ ਤੌਰ 'ਤੇ ਦੱਸ ਦੇਣਾ ਚਾਹੁੰਦਾ ਜੀ, ਸਾਡਾ ਮਕਸਦ ਆਮ ਪਬਲਿਕ ਨੂੰ ਹਰਾਸ ਕਰਨ ਦਾ ਨਹੀਂ ਹੁੰਦਾ, ਔਰ ਅਸੀਂ ਕੋਈ ਵੀ ਕੋਈ ਐਕਸ਼ਨ ਦਿੰਦੇ ਹਾਂ ਬੜਾ ਸੋਚ ਵਿਚਾਰ ਕੇ ਦਿੰਦੇ ਹਾਂ। ਪਰ ਜੇ ਸਰਕਾਰ ਸਾਨੂੰ 12 ਮਹੀਨਿਆਂ 'ਚ 13 ਮਹੀਨਿਆਂ 'ਚ ਨਹੀਂ ਸੁਣਿਆ ਅਤੇ ਅਸੀਂ ਉਹਨੂੰ ਮੁੱਖ ਰੱਖਦਿਆਂ ਹੋਇਆਂ
अपना एक्शन दिता ये पब्लिक को हरास करने साडा कोई रोल नहीं ये पूरा मुकम्मल तौर पर जोड़ा रोल है वह पंजाब सरकार का जे कल साडा सूबा बाडी को सुन लिया जाता हो सकता असी एक्शन ना दें इस तरह नरोल दफ्तर डिप्टी कमिश्नर कर्मचारी यूनियन पंजाब वालों जी डीसी दफ्तर के सारे कर्मचारियों वालों जी।